23 ਮਾਡਲ 8 ਫੁੱਟ ਜਿਹੜਾ ਨਵਾਂ ਮਾਡਲ ਹੈ ਟੈਨ ਵਾਲਾ ਉਹ ਸੁਪਰ ਸੀਡਰ ਤੁਸੀਂ ਦੇਖ ਸਕਦੇ ਹੋ ਤੇ ਕੀ ਰੇਟ ਹੈ ਬਈ ਇਹਦਾ ਇਹ ਮਤਲਬ ਵੀ ਉਹ ਪੀਸ ਹੈ ਜਿਹਨੇ ਨਵਾਂ ਲੈਣਾ ਵੀ ਸਬਸਿਡੀ ਕੱਟ ਕੇ ਇਹ ਮਿਲ ਜਾਊਗਾ ਤੇ ਜੇ ਕੋਈ ਤੁਹਾਡੇ ਕੋਲੇ ਪੁਰਾਣਾ ਉਹ ਵੀ ਤੁਸੀਂ ਵਿੱਚ ਕਟਾ ਕੇ ਨਵਾਂ ਮਾਡਲ ਲਿਜਾ ਸਕਦੇ ਹੋ ਜਾਂ ਕੋਈ ਪੁਰਾਣਾ ਰੀਪਰ ਵਿੱਚ ਦੇਣਾ ਰੋਟਾਵੇਟਰ ਕੋਈ ਮਰਜ਼ੀ ਇੰਪਲੀਮੈਂਟ ਹੋਵੇ ਦੇ ਕੇ ਤੁਸੀਂ ਬਾਈ ਤੋਂ ਨਵਾਂ ਲਿਜਾ ਸਕਦੇ ਐਗਰੀ ਜ਼ੋਨ 8 ਫੁੱਟ ਇਹ ਵੀ 23 ਮਾਡਲ ਹੈ ਇਹ ਵੀ 23 ਮਾਡਲ ਹੈ ਬਈ ਆ ਗਿਆ ਲੈਂਡ ਫੋਰਸ ਐਡਵਾਂਸ ਪਲੱਸ ਇਹ ਵੀ 8 ਫੁੱਟਾ ਬਾਈ 23 ਮਾਡਲ ਦਿਖਾ ਰਿਹਾ ਸਿਰਫ 10 ਕਿੱਲੇ ਚੱਲਿਆ 10 ਕਿੱਲੇ ਚੱਲਿਆ ਸਟੈਂਡ ਦੋਨੇ ਡਿਸਕਾਂ ਨਾਲ ਲੈ ਦੀਆਂ ਫੁੱਟੇ ਨੇ ਤੇ ਰੀਪਰ ਦਾ ਵੀ ਦੱਸ ਦੀ ਰੇਟ ਇੱਕ ਅੱਧਾ ਦਾ ਜਿਵੇਂ ਬਾਈ ਇਹ 23 ਮਾਡਲ ਹੈ ਜਮਾ ਨਵਾਂ ਰੀਪਰ ਹੈ ਇਹਦਾ ਇਹ 23 ਮਾਡਲ ਹੈ ਬਾਈ 63 ਇੰਚ ਹੀ ਆ ਹੂੰ ਤੇ ਡਿਮਾਂਡ ਇਹ ਦੁੱਧ ਆ ਗਿਆ ਬਾਈ 23 ਮਾਡਲ 9 ਫੁੱਟ 1 ਲੱਖ ਤੇ ਚਾਨੀ ਦਾ ਰੀਪਰ ਵੀ ਪਿਆ ਇਹਦਾ ਕੀ ਡਿਮਾਂਡ ਆ ਬਾਈ ਇਹ 17 ਮਾਡਲ ਆ 60 ਇੰਚ ਹੀ ਆ ਤੇ ਇਹਦਾ ਕੀ ਰੇਟ ਆ 1 ਲੱਖ 40 ਵੀਰੋ ਖੇਤੀਬਾੜੀ ਸੰਧਾ ਤੇ ਇਸ ਵਾਰ ਸੁਪਰ ਸੀਡਰਾਂ ਤੇ ਸਬਸਿਡੀ ਬਹੁਤ ਘੱਟ ਵੀ ਤੇ ਤੁਸੀਂ ਕਹਿੰਦੇ ਹੋ ਨਾ ਵੀ ਸਬਸਿਡੀ ਤੋਂ ਬਿਨਾ ਜਾਂ ਸਬਸਿਡੀ ਕੱਟ ਕੇ ਦਵਾ ਦੇ। ਉਹ ਸੀਨ ਤਾਂ ਨਹੀਂ ਹੋਣਾ ਪਰ ਇੱਥੇ ਤੁਹਾਨੂੰ 23 24 22 ਮਾਡਲ ਬਿਲਕੁਲ ਨਵੇਂ-ਨਵੇਂ ਸੁਪਰਸੀਡਰ ਵਧੀਆ ਬ੍ਰਾਂਡਾਂ ਦੇ ਜਿਵੇਂ ਦਸ਼ਮੇਸ਼, ਜਸਵੰਤ, ਜਗਜੀਤ ਲੈਂਡ ਫੋਰਸ ਜਿਹੜੇ ਮਾਰਕੀਟ ਦੇ ਵਿੱਚ ਚੱਲ ਰਹੇ ਨੇ ਉਹ ਕੰਪਨੀਆਂ ਦੇ ਸੁਪਰਸੀਡਰ ਤੁਹਾਨੂੰ ਮਿਲ ਜਰਣਗੇ ਤੇ ਕੱਲੇ-ਕੱਲੇ ਸੁਪਰਸੀਡਰ ਦਾ ਰੇਟ ਤੇ ਕਿੰਨਾ ਮਾਡਲ ਹੈ ਸਾਰੀ ਜਾਣਕਾਰੀ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਵੇੜਾ ਭਰਿਆ ਪਿਆ ਇੰਪਲੀਮੈਂਟਾਂ ਨਾਲ ਤੇ ਸਭ ਤੋਂ ਪਹਿਲਾਂ ਜਗਤਜੀਤ ਗਰੁੱਪ ਵਾਲਿਆਂ ਦਾ ਜੈਗਲਰ ਆ ਗਿਆ ਜਿਹੜਾ ਨਵਾਂ 23 ਮਾਡਲ ਆ ਬਈ ਇਹ 23 ਮਾਡਲ ਆ ਬਈ 8 ਫੁੱਟ ਦਾ 23 ਮਾਡਲ 8 ਫੁੱਟ ਜਿਹੜਾ ਨਵਾਂ ਮਾਡਲ ਆ ਟੈਨ ਵਾਲਾ ਉਹ ਸੁਪਰਸੀਡਰ ਤੁਸੀਂ ਦੇਖ ਸਕਦੇ ਹੋ ਤੇ ਕੀ ਰੇਟ ਆ ਬਈ ਇਹਦਾ ਇਹਦੇ 1,80,000 ਰੁਪਏ ਰਵੈ 1,80,000 ਰੁਪਏ ਡਿਮਾਂਡ ਹੈ ਡਿਮਾਂਡ ਬਾਕੀ ਮੌਕੇ ਤੇ ਜੇ ਕੋਈ ਤੁਹਾਡੇ ਕੋਲੇ ਪੁਰਾਣਾ ਉਹ ਵੀ ਤੁਸੀਂ ਵਿੱਚ ਕਟਾ ਕੇ ਨਵਾਂ ਮਾਡਲ ਲੈ ਜਾ ਸਕਦੇ ਹੋ ਜਾਂ ਕੋਈ ਪੁਰਾਣਾ ਰੀਪਰ ਵਿੱਚ ਦੇਣਾ ਰੋਟਾ ਵੇਟਰ ਕੋਈ ਮਰਜ਼ੀ ਇੰਪਲੀਮੈਂਟ ਹੋਵੇ ਦੇ ਕੇ ਤੁਸੀਂ ਬਾਈ ਤੋਂ ਨਵਾਂ ਲੈ ਜਾ ਸਕਦੇ ਤੇ ਅੱਗੇ ਆ ਗਿਆ ਜੀ ਐਗਰੀ ਜ਼ੋਨ ਇਹ ਵੀ 23 ਮਾਡਲ ਆ ਬਈ 8 ਫੁੱਟਾ ਦਾ 23 ਮਾਡਲ 8 ਫੁੱਟ 1,85,000 ਦੀ ਡਿਮਾਂਡ ਹੈ ਇਹਦੀ ਵੀ 1,85 ਇਹਦੀ ਡਿਮਾਂਡ ਹੈ ਠੀਕ ਹੈ ਤੇ ਇਸ ਤੋਂ ਬਾਅਦ ਹੈ ਐਗਰੀ ਜ਼ੋਨ 8 ਫੁੱਟ ਇਹ ਵੀ 23 ਮਾਡਲ ਹੈ ਇਹ ਵੀ 23 ਮਾਡਲ ਆ ਬਈ 8 ਫੁੱਟਾ ਦਾ ਸੇਮ ਰੇਟ ਸੇਮ ਹੀ ਹੈ ਸਾਰੇ ਸਟੂਡੈਂਟਸ ਸਾਰਿਆਂ ਦੇ ਨਾਲ ਨੇ ਹੂੰ ਤੇ ਇਹਦਾ ਵੀ 1,85 ਰੇਟ ਹੈ 1,85 ਇਹਦਾ ਰੇਟ ਹੈ ਤੇ ਅੱਗੇ ਆ ਗਿਆ ਜਗਜੀਤ ਜੈਗਲਰ ਮਾਡਲ ਫਿਰ ਇਹ ਵੀ 23 ਆ ਬਈ ਇਹ ਵੀ 23 ਮਾਡਲ ਆ ਬਈ 8 ਫੁੱਟਾ 1,80,000 ਦੀ ਡਿਮਾਂਡ ਹੈ ਇਹਦੀ ਵੀ 1,80,000 ਅੱਗੇ ਹੋਰ ਬਹੁਤ ਸੁਪਰ ਸੀਡਰ ਨੇ ਤੁਹਾਨੂੰ ਦਿਖਾਉਣੇ ਆ ਕੇਐਸ ਵਗੈਰਾ ਸਾਰੇ ਹੈਗੇ ਨੇ ਦਸ਼ਮੇਸ਼ ਦਾ ਇਹ ਵੀ ਸਬਸਿਡੀ ਦੇ ਵਿੱਚ ਆਇਆ ਹੋਇਆ ਮਲੇਰ ਕੋਟ ਲੈ ਆ ਲਿਆ ਦਾ 190 ਦਾ 8 ਫੁੱਟ ਬਾਈ 8 ਫੁੱਟ ਬਾਈ ਨਾਲ ਦੇ ਬਲੇਡ ਨੇ 90 ਪੈਸੇ ਦੇ 90 ਪੈਸੇ ਨਾਲ ਦੇ ਬਲੇਡ ਨੇ ਬਹੁਤ ਘੱਟ ਚੱਲਿਆ ਹੋਇਆ ਇਹ ਸਟੈਂਡ ਵਾਲਾ ਮਾਡਲ ਆ ਹੂੰ ਪੂਰੀ ਡਿਮਾਂਡ ਅੱਜ ਦੀ ਟਾਈਮ ਚ ਠੀਕ ਹੈ ਜਮਾਂ ਨਾਲ ਦੇ ਬਲੇਡ ਨੇ ਬਹੁਤ ਘੱਟ ਚੱਲਿਆ ਹੋਇਆ 1 ਲੱਖ 90 ਹਜ਼ਾਰ ਡਿਮਾਂਡ ਹੈ ਬਾਕੀ ਸੌਦਾ ਤਾਂ ਮੌਕੇ ਤੇ ਹੋਊਗਾ ਤੇ ਆ ਗਿਆ ਲੈਂਡ ਫੋਰਸ ਐਡਵਾਂਸ ਪਲੱਸ ਇਹ ਵੀ 8 ਫੁੱਟਾ ਬਾਈ 23 ਮਾਡਲ ਦਾ ਨਾਲ ਦੀ ਘੁਰਪੇ 30 ਕੇ ਪੈਸੇ ਨੇ 185000 ਰੁਪਏ ਡਿਮਾਂਡ ਹੈ ਦੀ ਇੱਕ 85 ਡਿਮਾਂਡ ਹੈ 30 ਪੈਸੇ ਬਲੇਡ ਨੇ ਨਾਲ ਦੇ 8 ਫੁੱਟਾ ਪੀਸ ਆ ਬਹੁਤ ਸੋਹਣਾ ਪੀਸ ਹੈ ਲੈਂਡ ਫੋਰਸ ਦਾ ਤੁਸੀਂ ਦੇਖ ਸਕਦੇ ਹੋ ਐਡਵਾਂਸ ਪਲੱਸ ਤੇ ਅੱਗੇ ਫੇਰ ਆ ਗਿਆ ਦਸ਼ਮੇਸ਼ ਵਾਲਿਆਂ ਦਾ ਮਲੇਰਕੋਟਲਾ ਇਹ ਕਿੰਨਾ ਮਾਡਲ ਆ ਬਾਈ 23 23 ਮਾਡਲ ਆ ਬਈ 8 ਫੁੱਟਾ ਨਾਲ ਦੇ ਬਲੇਟਾਂ ਚ ਬਸ 10 ਕਿਲੇ ਚੱਲਿਆ ਰੂਲੇ ਰਾਲੇ ਤੇ ਨਾ ਦਿਖਾ ਸਿਰਫ 10 ਕਿਲੇ ਚੱਲਿਆ 10 ਕਿਲੇ ਚੱਲਿਆ ਸਟੈਂਡ ਦੋਨੇ ਡਿਸਕਾਂ ਨਾਲ ਨੇ ਦੀਆਂ ਤੇ ਇਹਦਾ ਕੀ ਮੰਗਦੇ ਹੋ ਬਾਈ ਇਹਦਾ ਵੀ ਬਾਈ 190 1.90 ਲੱਖ ਦੀ ਡਿਮਾਂਡ ਆ ਸਿਰਫ 10 ਕਿੱਲਾਂ ਦੇ ਵਿੱਚ ਰੂਲੇ ਵਾਲੇ ਤੋਂ ਰੰਗ ਸਰ ਦਿਖਾ ਇਹ ਮਤਲਬ ਵੀ ਉਹ ਪੀਸ ਹੈ ਜਿਹਨੇ ਨਵਾਂ ਲੈਣਾ ਵੀ ਸਬਸਿਡੀ ਕੱਟ ਕੇ ਇਹ ਮਿਲ ਜਾਊਗਾ ਤੇ ਅੱਗੇ ਆ ਗਿਆ ਜਸਵੰਤ ਵਾਲਿਆਂ ਦਾ ਇਹ 22 ਮਾਡਲ ਆ ਬਾਈ 22 ਮਾਡਲ ਆ ਬਾਈ 8 ਫੁੱਟਾ ਦੋਨੇ ਡਿਸਕਾਂ ਨਾਲ 1.60 ਲੱਖ ਰੁਪਏ ਦੀ ਡਿਮਾਂਡ 1.60 ਲੱਖ ਰੁਪਏ ਦੀ ਡਿਮਾਂਡ ਦੋਨੇ ਡਿਸਕਾਂ ਨਾਲ ਬਲੇਡ ਇਹਦੇ ਵੀ 40 ਕੁ ਪੈਸੇ ਹੈਗੇ ਨੇ ਤੇ ਇਸ ਤੋਂ ਬਾਅਦ ਜਸਵੰਤ ਦਾ ਹੋਰ ਪਿਆ ਇਹ ਵੀ 22 ਮਾਡਲ ਇਹ 23 ਮਾਡਲ ਆ ਬਈ ਜਸਵੰਤ ਦਾ 23 ਮਾਡਲ ਜਿਹੜਾ ਪਿਛਲੇ ਸਾਲ ਆਇਆ ਪਾਊਡਰ ਕੋਟਿੰਗ ਪੇਂਟ ਵਾਲ ਇਹਦੀ ਕੀ ਡਿਮਾਂਡ ਕਰਦੇ ਹੋ 170 ਡਿਮਾਂਡ ਹੈ ਬਈ 170 ਡਿਮਾਂਡ ਹੈ ਬਲੇਡ ਨਾਲ ਦੇ ਆ ਨਾਲ ਦੇ ਬਈ ਸਾਰੇ ਨੇ ਨਾਲ ਦੇ ਪਿਆ 40 ਕੁ ਪੈਸੇ ਇਹਦੇ ਵੀ ਬਲੇਡ ਹੈਗੇ ਆ ਵਧੀਆ ਕੰਡੀਸ਼ਨ ਦੇ ਵਿੱਚ ਪੀਸ ਪਿਆ ਇਸ ਤੋਂ ਬਾਅਦ ਜਗਤਜੀਤ ਜੈਗਲਰ 23 ਮਾਡਲ 23 ਮਾਡਲ ਬਈ 23 ਮਾਡਲ 813 ਇਹ ਜਿਹੜਾ ਨਵਾਂ ਮਾਡਲ ਦੇ ਵਿੱਚ ਆਇਆ ਉਹ ਸੁਪਰ ਸੀਟਰ 10 ਵਾਲਾ ਤੇ ਇਹ 8 ਫੁੱਟ ਦੇ ਕੀ ਡਿਮਾਂਡ ਕਰਦੇ ਹੋ ਬਈ 1.80 ਡਿਮਾਂਡਾ ਜਾ ਜੀਤ ਤਾਂ ਕਿਹੜਾ ਮਰਜ਼ੀ ਲੈ ਜਾਓ ਬਈ 1.80 ਲੱਖ ਰੁਪਏ ਦਾ ਲੈ ਜਾਓ 1.80 ਲੱਖ ਦੇ ਵਿੱਚ ਚੌਾਈ 6 3 ਸੁਪਰ ਸੀਟਰ ਖੜੇ ਨੇ ਜਿੰਨਾ ਮਰਜ਼ੀ ਲੈ ਜਾਓ ਠੀਕ ਆ ਤਿੰਨੇ ਇੱਕੋ ਜਿਹੇ ਨੇ ਨਵੇਂ ਮਾਡਲ ਨੇ ਸਾਰੇ 8 ਫੁੱਟੇ ਨੇ 8 ਫੁੱਟੇ ਨੇ ਤੇ ਰੀਪਰ ਦਾ ਵੀ ਦੱਸ ਦੀਏ ਰੇਟ ਇੱਕ ਅੱਦੇ ਦਾ ਜਿਵੇਂ ਬਾਈ ਇਹ 23 ਮਾਡਲ ਹੈ ਜਮਾ ਨਵਾਂ ਰੀਪਰ ਹੈ ਇਹਦਾ ਇਹਹੀ ਮਾਡਲ ਹੈ ਬਾਈ 63 ਇੰਚ ਹੀ ਆ ਹੂੰ ਤੇ ਡਿਮਾਂਡ ਹੈ ਜੀ 2.60 ਹਜ਼ਾਰ ਰ ਤੇ ਅੱਗੇ ਆ ਗਿਆ KS KS ਦਾ ਕੀ ਰੇਟ ਆ ਬਾਈ KS ਦਾ ਬਈ ਇਹ 20 ਮਾਡਲ ਆ ਚੋਪਰ ਬਾਡੀ ਆ 1.5 ਲੱਖ ਰੁਪਏ ਦੇ ਦਾਂਗਾ 20 ਮਾਡਲ ਚੋਪਰ ਬਾਡੀ ਸਿਰਫ 1.5 ਲੱਖ ਦਾ ਦੇ ਦਾਂਗੇ ਲੈਣ ਦੇ ਨੇ ਤੇ ਅੱਗੇ ਹੈਗਾ KS KS ਬਾਈ ਇਹ ਕਿੰਨਾ ਮਾਡਲ ਆ ਇਹ ਬਈ 23 ਮਾਡਲ ਆ ਹੂੰ ਜਿਹੜਾ ਅੱਜ ਕਿੜੀ ਟੌਪ ਤੇ ਚੱਲਦਾ ਉਹ ਸੁਪਰ ਸੀਡਰ ਆ ਵੀ ਲਿੰਕ ਕੱਢ ਕੇ ਰੂਟਰ ਬਿਠਾ ਬਣਦਾ ਨਾਲ ਦੇ ਪਲੇਟ 90 ਟੌਪ ਮਾਡਲ ਹੈ ਇਹ ਦੂਜਾ ਪਿੰਨਾਂ ਵਾਲੀ ਆ ਗਿਆ ਪਿੰਨਾਂ ਵਾਲਾ ਆ ਗਿਆ ਪਿੰਨਾਂ ਵਾਲਾ ਆ ਗਿਆ ਤੇ ਇਥੋਂ ਡੰਡਿਆਂ ਤੋਂ ਉਹਦੀ ਐਡਜਸਟਮੈਂਟ ਹੋ ਜਾਂਦੀ ਆ ਡਿਸਕਾਂ ਦੀ ਤੇ ਇਹਦਾ 175 ਰੇਟ ਹੈ ਜੀ 175 ਰੇਟ ਆ 8 ਫੁੱਟ ਦਾ 8 ਫੁੱਟ ਹੈ ਜੀ ਸਾਰੇ 8 ਫੁੱਟੇ ਮਿਲ ਲੇਗਾ ਆਪਣੇ ਲਈ ਠੀਕ ਹੈ ਤੇ ਇਸ ਤੋਂ ਬਾਅਦ ਲੈਂਡ ਫੋਰਸ ਆ ਗਿਆ ਇਹ ਵੀ ਪੀਸ ਸੋਨਾ ਪਿਆ ਇਹ ਕਿੰਨਾ ਮਾਡਲ ਆ ਬਾਈ 22 ਮਾਡਲ ਆ ਵੀ ਨਾਲ ਦੇ ਬਲੇਟ ਨੇ 60 70 ਪੈਸੇ ਹਮ 1,60,000 ਰੁਪਏ ਰੇਟ ਇਹਦਾ ਵੀ ਇਹਦਾ 1,60,000 ਅੱਗੇ ਦਸ਼ਮੇਸ਼ ਦਾ ਆ ਗਿਆ ਫੇਰ ਬਿਲਕੁਲ ਨਵਾਂ ਹੀ ਪੀਸ ਪਿਆ ਇਹ 23 ਹੈ ਇਹ 23 ਮਾਡਲ ਹੈ ਬਈ 9 ਫੁੱਟ ਸਟੈਂਡ ਵਾਲਾ ਨਾਲ ਦੇ ਪਲੇਟ ਹੋਣਗੇ ਇਹਦੇ 80 ਪੈਸੇ ਠੀਕ ਹੈ 190000 ਰੁਪਏ ਡਵਾਣਾ ਆਪਣੀ 190 ਦਾ ਇਹਦਾ ਰੇਟ ਰੱਖਿਆ 9 ਫੁੱਟ ਦਾ ਬਈ ਜਿੰਮੇ ਜੈ ਜੇ ਮਿਲ ਜੰਦੂ ਵੀ ਕਰਦਣ ਠੀਕ ਹੈ ਬਈ ਤੇ ਇਸ ਤੋਂ ਬਾਅਦ ਸੁਪਰਸੀਡਰ ਫੇਰ ਆ ਗਿਆ ਲੈਂਡ ਫੋਰਸ ਇਹ ਵੀ 22 ਮਾਡਲ ਹੈ ਬਾਈ 8.5 ਫੁੱਟਾ 1,65,000 ਰੁਪਏ ਡਿਮਾਂਡ ਹੈ ਇਹਦੀ ਨਾ ਲੈਂਡਫੋਰਸ ਨੇ 8.5 ਫੁੱਟਾ 8.5 ਫੁੱਟਾ ਠੀਕ ਹੈ ਤੇ ਜਗਜੀਤ ਦਾ ਰਿਫਰ ਵੀ ਖੜਾ ਬਾਈ ਇਹ ਇਹ 20 ਮਾਡਲ ਦਾ ਬਾਈ 1,60,000 ਰੁਪਏ ਦਾ ਦੇ ਦਾਂਗੇ ਆਪਾਂ 1.60 ਦਾ ਦੇ ਦਾਂਗੇ ਤੇ ਅੱਗੇ ਇਹ ਇਹ ਵੀ ਜੀ ਕੇ ਐਸ ਇੱਕ ਕੇ ਐਸ ਦਾ ਆ ਗਿਆ ਬਾਈ 23 ਮਾਡਲ 9 ਫੁੱਟ 1,90,000 ਰੁਪਏ ਡਿਮਾਂਡ 23 ਮਾਡਲ 9 ਫੁੱਟ 1.90 ਦਾ ਹਾਂ ਇਹ ਵੀ ਸਟੈਂਡ ਵਾਲਾ ਆ ਗਿਆ ਹਾਂ ਤੇ ਡੰਡਿਆਂ ਤੋਂ ਇਹਦੀਆਂ ਵੀ ਡਿਸਕਾਂ ਉੱਚੀਆਂ ਨਹੀਂ ਹੋ ਜਾਂ ਤੇ ਚਾਨੀਦਾਰੀ ਰੀਪਰ ਵੀ ਪਿਆ ਇਹਦਾ ਕੀ ਨਮਾਣਾ ਬਾਈ ਇਹਦੀ 1.70 ਲੱਖ ਨਮਾਣਾ ਬਾਈ 1 ਲੱਖ 70000 ਰੁਪਏ ਰੀਪਰ ਵੀ ਬਹੁਤ ਖੜੇ ਨੇ ਬਾਈ ਉਹਨਾਂ ਕੋਲੇ ਜਿਵੇਂ ਆ ਨਿਊ ਬਿਸ਼ ਕਰਮਾ ਕਿੰਨਾ ਮਾਡਲ ਆ ਬਾਈ ਇਹ ਬਾਈ 17 ਮਾਡਲ ਆ 60 ਇੰਚੀ ਆ ਤੇ ਇਹਦਾ ਕੀ ਰੇਟ ਆ ਹਣਕ 40000 ਰੁਪਏ ਬਾਈ ਹੁਣ ਦਾ ਰੇਟ ਆ ਆਕਸੀਜਨ ਦਾ ਠੀਕ ਆ ਤੇ ਕੇਐਸ ਜਮਾ ਨਮਈਆ ਕੇਐਸ ਬਾਈ 23 ਮਾਡਲ ਆ 96 ਇੰਚੀ ਆ ਹੂੰ ਹੁਣ ਦਾ ਰੇਟ ਉਹਦਾ 260000 ਰੁਪਏ ਬਈ 260000 ਰੁਪਏ ਜਿਹੜਾ ਅੱਜ ਦਾ ਰੇਟ ਆ ਉਹਦਾ ਅੱਜ ਦਾ ਰੇਟ ਅੱਜ ਦਾ ਰੇਟ ਤੇ ਇਹ ਕਿਹੜੇ ਕਿਹੜੇ ਖੜੇ ਨੇ ਬਈ ਬਈ ਇਹ 60 ਇੰਚ ਨਿਊ ਬਿਸਕਰਮਾ ਮਿਲਜੂ 62 ਇੰਚੀ ਕੇਐਸ ਮਿਲਜੂ ਚੰਨੀ ਮਿਲ ਜਾਣਗੇ ਆਪ ਲੋਕ ਇਸ ਜੱਤਰੀਪਰ ਖੜੇ ਨੇ ਚੰਨੀ ਤੇ ਨਿਊ ਬਿਸਕਰਮਾ 60 ਇੰਚ 23 24 ਮਾਡਲ ਮਿਲ ਜੂਗਾ ਠੀਕ ਆ ਤੇ ਰੇਟ ਸਾਰੇ ਆਕਸੀਜਨ ਦੇ ਸਾਹਮਣੇ ਤੇ ਬਾਕੀ ਕੋਈ ਜਿੰਮੇ ਕਿਸੇ ਨੇ ਵਿੱਚ ਘਟਾਉਣਾ ਵਿੱਚ ਕੱਟ ਲਾਂਗੇ ਬਈ ਜਿਹੇ ਮਰਜ਼ੀ ਰੀਪਰ ਹੋਵੇ ਜਿਹੇ ਮਰਜ਼ੀ ਰੀਪਰ ਹੋਵੇ ਸੁਪਰ ਸੀਡਰ ਹੋਵੇ ਜੀ ਕੋਈ ਵੀ ਇੰਪਲੀਮੈਂਟ ਹੋ ਵੀ ਇੰਪਲੀਮੈਂਟ ਹੋ ਰੂਟਰ ਬਟਰ ਸੁਪਰਸੀਡਰ ਠੀਕਾ ਸਾਰੇ ਕਟਾਂਗੇ ਸਭ ਕੁਝ ਵਿੱਚ ਕੱਟ ਕੇ ਵੀ ਕੋਈ ਵੀ ਤੁਸੀਂ ਉੱਚਾ ਮਾਡਲ ਲਿਆ ਜਾ ਸਕਦੇ ਹੋ ਜੇ ਲੋਕੇਸ਼ਨ ਦੀ ਗੱਲ ਕਰੀਏ ਵੀਰੋ ਤਾਂ ਸੰਗਰੂਰ ਦੇ ਨੇੜੇ ਬਹੁਤ ਮਸ਼ਹੂਰ ਆ ਗੁਰਦੁਆਰਾ ਮਸਤੂਆਣਾ ਸਾਹਿਬ ਉਹਦੇ ਬਿਲਕੁਲ ਨੇੜੇ ਬਾਈ ਹੋਰਾਂ ਦਾ ਘਰ ਆ ਇੱਥੋਂ ਤੁਸੀਂ ਆ ਕੇ ਲਿਆ ਜਾ ਸਕਦੇ ਹੋ ਤੇ ਜੇ ਕਿਸੇ ਨੇ ਹੋਮ ਡਿਲੀਵਰੀ ਵੀ ਕਰਾਉਣੀ ਆ ਤਾਂ ਗੱਡੀ ਦਾ ਵੀ ਪ੍ਰਬੰਧ ਆ ਇਹਨਾਂ ਕੋਲੇ ਜਾਂ ਇੱਥੋਂ ਆ ਕੇ ਦੇਖ ਕੇ ਲਿਆ ਜਾ ਸਕਦੇ ਤੇ ਗੱਡੀ ਦੇ ਵਿੱਚ ਤੁਹਾਡੇ ਘਰ ਤੱਕ ਵੀ ਪਹੁੰਚਾ ਦੇਣਗੇ ਤੇ ਉਹਦਾ ਖਰਚਾ ਪਾਣੀ ਜਾਂ ਲੈ ਲੈਣੀ ਤੇ ਬਾਕੀ ਬਾਈ ਹੋਰਾਂ ਦਾ ਪੇਜ ਹੈ ਕੀ ਨਾਮ ਤੇ ਆ ਮੋਡਰ ਇੰਪਲੀਮੈਂਟਸ ਤੇ ਬਈ ਪੇਜ ਆਪਣਾ ਇੰਸਟਾ ਤੇ ਉਹਨੂੰ ਫੋਲੋ ਕਰ ਲੂ ਠੀਕ ਆ ਵੀ ਉਹ ਤੇ ਨਵੇਂ ਨਵੇਂ ਅਪਡੇਟਾਂ ਦਿੰਦੇ ਰਹਿੰਦੇ ਨੇ ਵੀ ਕਿਹੜਾ ਕਿਹੜਾ ਮਾਡਲ ਆ ਗਿਆ ਕਿੰਨੇ ਕਿੰਨੇ ਦਾ ਤੇ ਬਾਕੀ ਕੋਈ ਵੀ ਚੀਜ਼ ਲੈਣੀ ਆ ਤੁਸੀਂ ਵਧੀਆ ਸਾਨੂੰ ਜਾਇਜ਼ ਰੇਟ 'ਚ ਮੌਕੇ ਤੇ ਮਾਨਤਨ ਕਰਕੇ ਦੇ ਦੇਣਗੇ ਸੋ ਬਹੁਤ ਬਹੁਤ ਧੰਨਵਾਦ ਜੀ ਵੀਰੋ ਜੇ ਸੁਪਰ ਸੀਡਰ ਲੈਣਾ ਸਬਸਿਡੀ ਕੱਟ ਕੇ ਨਵਾਂ ਤਾਂ ਨਹੀਂ ਮਿਲਣਾ ਪਰ ਇੱਥੇ 22 23 ਮਾਡਲ 8-9 ਫੁੱਟ ਬਿਲਕੁਲ ਜਾਇਜ਼ ਜੇ ਰੇਟਾਂ ਤੇ ਮਿਲ ਜਾਣਗੇ ਤੁਹਾਨੂੰ ਵਧੀਆ-ਵਧੀਆ ਕੰਪਨੀਆਂ ਦੇ ਦਸ਼ਮੇਸ਼ ਲੈਂਡ ਫੋਰਸ ਜਸਵੰਤ ਜਗਤਜੀਤ ਕੇਐਸ ਵਗੈਰਾ ਜਿਹੜੇ ਟੌਪ ਤੇ ਬ੍ਰਾਂਡ ਨੇ ਉਹਨਾਂ ਦੇ ਤੁਹਾਨੂੰ 23 ਮਾਡਲ ਸੁਪਰਸੀਡਰ 22 ਮਾਡਲ ਮਿਲ ਜਾਣਗੇ ਜੇ ਪੁਰਾਣਾ ਕੋਈ ਵਿੱਚ ਕਟਾਉਣਾ ਕਿਸੇ ਨੇ ਉਹ ਵੀ ਕਟਾ ਸਕਦੇ ਹੋ ਰੀਪਰ ਲੈਣਾ ਉਹ ਵੀ ਲੈ ਸਕਦੇ ਹੋ ਸਬਸਿਡੀ ਕੱਟ ਕੇ ਵਾਲੀ ਸੀਨ ਆ ਬਿਲਕੁਲ ਵਿੱਚ ਤਾਂ ਸੁਪਰਸੀਡਰ ਇਹ ਜੇ ਨੇ ਜਿਹੜੇ ਸਿਰਫ 5-10 ਕਿੱਲਿਆਂ ਦੇ ਵਿੱਚ ਹੀ ਚੱਲੇ ਨੇ ਸਕਰੀਨ ਤੇ ਨੰਬਰ ਆ ਕੰਟੈਕਟ ਕਰਕੇ ਲੈ ਸਕਦੇ ਹੋ